Kamu kenapa? ਮੇਰਾ ਨਾਂ ਰਮਨ, ਮੇਰੇ ਭਰਾ ਦਾ ਨਾਂ ਲਵਪ੍ਰੀਤ ਸਿੰਘ, ਜੋ ਕਿ ਅਮੈਰੀਕਾ ਗਿਆ ਸੀ ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ ਅੱਜ ਤੋਂ 7 ਸਾਲ ਪਹਿਲਾਂ। 3 ਦਿਨ ਪਹਿਲਾਂ ਉਹਦਾ ਕੈਲੀਫੋਰਨੀਆ ਐਲਏ ਵਿੱਚ ਐਕਸੀਡੈਂਟ ਹੋਇਆ, ਜਿਹਦੇ ਕਰਕੇ ਉਹਦੀ ਡੈਥ ਹੋ ਗਈ। ਉਹ ਕ੍ਰਿਟੀਕਲ ਸਿਚੁਏਸ਼ਨ ਸੀਗੀ ਉਹਦੀ, ਉਹਦਾ ਸਾਰਾ ਪਾੜ ਗਿਆ ਸੀਗਾ ਅੰਦਰ। ਕੱਲ੍ਹ ਰਾਤ ਡਾਕਟਰਾਂ ਨੇ ਉਹਨੂੰ ਡੈਥ ਕਰਾਰ ਦੇ ਦਿੱਤਾ। 7 ਸਾਲ ਹੋ ਗਏ ਉਹਨੂੰ ਗਏ ਨੂੰ, 7 ਸਾਲ ਟਰਾਲਾ ਚਲਾਉਂਦਾ ਸੀਗਾ ਉੱਥੇ। ਪੀਆਰ ਸੀਗਾ ਉੱਥੇ? ਨਹੀਂ, ਸਿਟੀਜ਼ਨਸ਼ਿਪ ਸੀਗਾ। ਕੈਲੀ ਨਿਊਯਾਰਕ ਗਿਆ ਸੀਗਾ ਆਪਣੇ ਪੇਪਰਾਂ ਦੇ ਚੱਕਰ 'ਚ। ਐਲੇ ਉਤਰਿਆ ਸੀਗਾ ਏਅਰਪੋਰਟ 'ਤੇ, ਆਪਣੇ ਦੋਸਤਾਂ ਨੂੰ ਫੋਨ ਕਰਕੇ ਕਹਿੰਦਾ ਮੈਨੂੰ ਲੈ ਜਾਓ ਆਣ ਕੇ ਇੱਥੋਂ। ਉਹ ਲੈਣ ਗਏ ਉਹਨੂੰ, ਉੱਥੇ ਰਸਤੇ 'ਚ ਬੱਦਲ ਪੈਣ ਡਿਆ ਸੀ, ਉਹਦੀ ਗੱਡੀ ਸਲਿੱਪ ਹੋ ਕੇ ਖਾਈ 'ਚ ਡਿੱਗ ਗਈ, ਜ਼ੋਰ ਨਾ ਵੱਜਾ, ਉਹਦੀ ਆਹ ਸਾਰੀ ਚੀਜ਼ ਪਾੜ ਗਈ ਥਾਂ 'ਤੇ, ਡੈਥ ਹੋ ਗਈ। ਉਹਦੇ ਨਾਲ ਦੋ ਦੋਸਤ ਸੀਗੇ, ਇੱਕ ਦੀ ਲੱਤ ਫ੍ਰੈਕਚਰ ਹੋਈ ਸੀਗੀ, ਇੱਕ ਬਿਲਕੁਲ ਠੀਕ ਨਿਕਲਿਆ। ਆਪਣੇ ਪੀ ਆਰ ਦੇ ਪੇਪਰ ਵਾਸਤੇ ਗਿਆ ਸੀਗਾ ਉੱਥੇ ਵਕੀਲ ਨੂੰ ਮਿਲਣ, ਪਰ ਅਗਲੇ ਸਾਲ ਉਹਨੇ ਪੱਕਾ ਹੋ ਜਾਣਾ ਸੀਗਾ, ਵਾਪਸ ਆ ਜਾਣਾ ਸੀਗਾ। ਉਹਨੇ ਅਗਲੇ ਸਾਲ ਮੈਨੂੰ ਫੋਨ ਕਰਕੇ ਕਹਿੰਦਾ ਸੀਗਾ ਮੈਨੂੰ ਤੇਰੇ ਕੋਲ ਆ ਜਾਣਾ, ਕਹਿੰਦਾ ਇੱਕ ਸਾਲ ਦੇ ਵਿੱਚ ਹੀ। ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ, ਮੈਂ, ਮੇਰੀ ਮਦਰ, ਸਿਸਟਰ ਹੈ ਮੇਰੀ, ਮੇਰੀ ਵਾਈਫ ਨੇ ਮੈਰਿਡ ਸੀਗੇ ਜਾਂ ਅਨਮੈਰਿਡ? ਅਨਮੈਰਿਡ ਸੀਗੇ ਜੀ, 26 ਸਾਲਾਂ ਦਾ ਸੀਗਾ ਉਹ। ਮੈਂ ਇਟਲੀ ਰਹਿੰਦਾ, ਮੈਨੂੰ ਮੇਰੇ ਚਾਚੇ ਦੇ ਮੁੰਡੇ ਦਾ ਫੋਨ ਆਇਆ 2 ਦਿਨ ਪਹਿਲਾਂ, ਮੈਨੂੰ ਕਹਿੰਦਾ ਵੀ ਇੱਦਾਂ ਕਰਕੇ ਲਵ ਦਾ ਐਕਸੀਡੈਂਟ ਹੋ ਗਿਆ ਬਹੁਤ ਤਗੜਾ, ਉਹਦੀਆਂ 3 ਸਰਜਰੀਆਂ ਰਾਤੋਂ ਰਾਤ ਹੀ ਉਹਨਾਂ ਨੇ ਕਰਤੀਆਂ, 4ਥੀ ਕਰਨ ਦੇ ਆ ਸ਼ਾਇਦ, ਕਹਿੰਦਾ ਮੁਸ਼ਕਲ ਹੀ ਆ, ਉਹ ਨਹੀਂ ਬਚ ਸਕਦਾ। ਮੈਂ ਫਿਰ ਕਿਸੇ ਨੂੰ ਨਹੀਂ ਫੋਨ ਕਰਕੇ ਦੱਸਿਆ, ਮੈਂ 3 ਦਿਨ ਆਪਣੇ ਅੰਦਰ ਹੀ ਗੱਲ ਦੱਬ ਕੇ ਰੱਖੀ। ਫਿਰ ਮੈਂ 4ਥੇ ਦਿਨ ਆਪਣੀ ਭੈਣ ਨੂੰ ਫੋਨ ਕਰਕੇ ਦੱਸਿਆ ਵੀ ਇੱਦਾਂ, ਮੈਂ ਉਸੇ ਟਾਈਮ ਹੀ ਉੱਥੇ ਇਟਲੀ ਤੋਂ ਟਿਕਟ ਕਰਵਾਈ, ਮੈਂ ਕੱਲ੍ਹ ਸ਼ਾਮ ਨੂੰ ਇੱਥੇ ਆ ਗਿਆ ਆਪਣੇ ਘਰ। ਜਦੋਂ ਘਰ ਆਇਆ, ਮੇਰੇ ਜੀਜਾ ਜੀ ਉੱਥੇ ਰਹਿੰਦੇ ਨੇ, ਮੈਂ ਉਹਨਾਂ ਨੂੰ ਫੋਨ ਕੀਤਾ, ਉਹਨਾਂ ਨੇ ਦੱਸਿਆ ਕਿ ਨਹੀਂ। ਕੀ ਮੰਗ ਕਰਦੇ ਹੋ? ਮੰਗ ਸਰਕਾਰ ਕੋਲ ਇਹੀ ਕਰਦੇ ਆ ਵੀ ਬਸ ਸਾਨੂੰ ਉਹਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਇੱਥੇ ਵਾਪਸ ਆਉਣੀ ਚਾਹੀਦੀ ਹੈ, ਮੇਰੀ ਮਾਂ ਮਰ ਜੂਗੀ ਜੀ ਇਹਨੂੰ ਨਹੀਂ ਦੇਖਿਆ। ਅਤੇ ਕਿਸੇ ਨਾਲ ਨਹੀਂ ਹੋਈ, ਕੋਈ ਪ੍ਰਸ਼ਾਸਨ ਨਹੀਂ ਆਇਆ, ਸਾਨੂੰ ਪੁੱਛਣ ਨਹੀਂ ਆਇਆ ਇੱਥੇ, ਸਾਨੂੰ ਸਾਰੀ ਦੁਨੀਆਂ ਨੂੰ ਪਤਾ, ਪਰ ਸਰਕਾਰ ਦਾ ਕੋਈ ਬੰਦਾ ਸਾਡੇ ਕੋਲ ਅਜੇ ਤੱਕ ਨਹੀਂ ਆਇਆ। ਕਿੰਨਾ ਚਿਰ ਪਹਿਲਾਂ ਇੱਥੇ ਆ ਗਿਆ ਇੰਡੀਆ? ਇੰਡੀਆ ਆਇਆ ਹੀ ਨਹੀਂ, 7 ਸਾਲ ਹੋ ਗਏ ਉਹਨੂੰ, ਉੱਥੇ ਹੀ ਬਾਹਰ ਹੀ 7 ਸਾਲ ਪਹਿਲਾਂ ਹੀ ਗਿਆ ਸੀਗਾ। ਅਸੀਂ ਬਸ ਉਹਦਾ ਮੂੰਹ ਦੇਖਣਾ ਚਾਹੁੰਦੇ ਇੱਕ ਵਾਰੀ, ਮੇਰੀ ਮਾਂ ਉਹਦਾ ਮੂੰਹ ਦੇਖਣਾ ਚਾਹੁੰਦੀ ਇੱਕ ਵਾਰੀ ਬਸ, ਹੋਰ ਕੁਛ ਨਹੀਂ ਚਾਹੀਦਾ ਸਾਨੂੰ। ਸਾਨੂੰ ਸਰਕਾਰ ਤੋਂ ਹੱਥ ਜੋੜ ਕੇ ਮੰਗਿਆ ਮੇਰੇ ਭਰਾ ਨੂੰ ਇੱਕ ਵਾਰੀ ਵਾਪਸ ਮੰਗਾ। ਮੇਰਾ ਨਾਂ ਜੀ ਸੂਬੇਦਾਰ ਮੇਜਰ ਬਲਵਿੰਦਰ ਸਿੰਘ, ਪਿੰਡ ਮੇਰਾ ਘੋਤਾ। ਇਹ ਜੋ ਬੇਟਾ ਸਾਡਾ ਉੱਥੇ ਉਹਦਾ ਐਕਸੀਡੈਂਟ ਹੋਇਆ ਵਾ, ਉਹ ਮੇਰੇ ਸਾਂਢੂ ਦਾ ਲੜਕਾ ਸੀ, ਔਰ 7 ਸਾਲ ਤੋਂ ਤਕਰੀਬਨ ਨੂੰ 7 ਸਾਲ ਹੋ ਗਏ ਸੀ ਬਾਹਰ ਗਏ ਨੂੰ, ਟਰਾਲਾ ਚਲਾਉਂਦਾ ਸੀ। ਅਤੇ ਉਸ ਦਿਨ ਇਹਨੂੰ ਨਿਊਯਾਰਕ ਆਪਣੇ ਪੀ ਆਰ ਵਾਸਤੇ ਹੋਣ ਵਾਸਤੇ ਪੇਪਰਾਂ ਦੇ ਵਾਸਤੇ ਗਿਆ ਸੀ, ਉੱਥੋਂ ਵਾਪਸ ਆ ਰਿਹਾ ਸੀ, ਐਲੇ ਉਤਰਿਆ। ਐਲੇ ਉਤਰਨ ਤੋਂ ਬਾਅਦ ਇਹ ਆਪਣੀ ਗੱਡੀ ਦੇ ਵਿੱਚ ਬੈਠਾ ਅਤੇ ਬਾਰਿਸ਼ ਬੜੀ ਹੋ ਰਹੀ ਸੀ, ਗੱਡੀ ਕਾਰਨ ਇਹਦੀ ਗੱਡੀ ਜਿਹੜੀ
ਉਹ ਡਿਵਾਈਡਰ ਦੇ ਨਾਲ ਟਕਰਾ ਕੇ ਅਤੇ ਖਾਈ 'ਚ ਡਿੱਗੀ, ਜਿਹਦੇ ਨਾਲ ਇਹਦੀ ਡੈਥ ਹੋ ਗਈ ਆ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਜੇ ਸਾਡਾ ਬੇਟਾ ਉਹਦੀ ਮਾਂ ਜੇ ਉਹਦਾ ਮੂੰਹ ਵੇਖ ਲਏ ਅਤੇ ਸਰਕਾਰ ਨੂੰ ਇਹ ਬੇਨਤੀ ਹੈ ਅਤੇ ਮੰਗ ਵੀ ਆ ਵੀ ਉਹਦੀ ਜਿਹੜੀ ਡੈਡ ਬੋਡੀ ਆ ਉਹ ਜਲਦੀ ਤੋਂ ਜਲਦੀ ਮਤਲਬ ਇੰਡੀਆ ਪਹੁੰਚਾਈ ਜਾਵੇ। ਪਰਿਵਾਰ ਭੈਣ ਭਰਾ ਉਹਦਾ ਮੂੰਹ ਵੇਖ ਲੈਣਗੇ ਤੇ ਉਹਦੀ ਜਿਹੜੀ ਡੈਡ ਬੋਡੀ ਆ ਜਲਦੀ ਤੋਂ ਜਲਦੀ ਇੰਡੀਆ ਪਹੁੰਚਾਈ ਜਾਵੇ।